संत कहेंगे, संत लिखेंगे, संत चुनेंगे। सारे प्रेस के साथी आंदोलन, सत श्री अकाल, नमस्कार, आदाब। परिवार की तरफों सरदार रणवीर सिंह जी तरफों और अवतार सिंह जी छोटे ब्रदर ने मनजीत की तरफों एक सानू परिवार ने जिम्मेदारी लगाई है, क्योंकि जरा शहीद अवतार सिंह है साडा भतीजा भी लगता सी। और अज सारे ही लोग असि इतने एकत्रित इस करके हो रहे हैं, ये कोई सिर्फ बलबीर सिंह का बेटा नहीं है या किसी एक तबके या किसी फिरके का बेटा नहीं है, जम्मू का बेटा है। हर उस मां का जिहड़ी अज सफर कर रही है उसका बेटा है। और जिहड़ा भू माफिया है, जिहड़ा लैंड माफिया है, ओहदे खिलाफ जंग लड़ते लड़ते अवतार सिंह शहीद होया। और असि अज इस माध्यम के एल जी महोदय जिहड़े मनोज सिन्हा साहब ने, डी जी साहब का बेहद शुक्र गुजार हाँ कि जिन्होंने एन वक्त परिवार को मिलकर हौसला भी दिता और उन्होंने कहा मैं परिवार को भी आवांगा, डी जी साहब भी आएंगे ताकि इस बच्चे की मौत के नाल इंसाफ हो सके, इसके कतल नाल इंसाफ हो सके। लेकिन असी बड़ी मजबूरी के विच अगर किसी का ना आ रहा है, किसी बड़े वे ब्यूरोक्रैट का, संजीव वर्मा का, तो उसका कारण है। ਤੁਹਾਡੇ ਸਾਹਮਣੇ ਵੀਡੀਓ ਹੈ, ਮੈਂ ਪਲੇ ਕਰਕੇ ਦੱਸਾਂਗਾ ਕਿਉਂ ਅਸੀਂ ਨਾਮ ਲੈ ਰਹੇ ਹਾਂ। ਉਹ ਬੜਾ ਵਾਜ਼ੇ ਤੌਰ ਦੇ ਉੱਤੇ ਅੱਜ ਉਹ ਫੇਰ ਮਿਸਗਾਈਡ ਕਰ ਰਹੇ ਨੇ ਪੂਰੀ ਐਡਮਿਨਿਸਟ੍ਰੇਸ਼ਨ ਨੂੰ ਕਿ ਇਹ ਕੇਸ ਸੀਬੀਆਈ ਨੂੰ ਟ੍ਰਾਂਸਫਰ ਕਰ ਦਿਓ, ਜਦਕਿ ਜਦੋਂ ਅਸੀਂ ਪ੍ਰੋਟੈਸਟ ਕਰ ਰਹੇ ਸੀ ਡੀ ਆਈ ਜੀ ਸਾਹਿਬ, ਐਸ ਐਸ ਪੀ ਸਾਹਿਬ ਸਾਡੇ ਕੋਲ ਆਏ, ਅਸੀਂ ਕੈਟਾਗਰੀਕਲੀ ਇਹ ਗੱਲ ਕਹੀ ਹੈ ਕਿ ਸਾਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ, ਸਾਨੂੰ ਆਰ ਸਵੈਨ ਤੇ ਭਰੋਸਾ, ਡੀ ਜੀ ਸਾਹਿਬ ਤੇ ਭਰੋਸਾ, ਸਾਨੂੰ ਜਿਹੜੇ ਏਡੀਜੀਪੀ ਜੈਨ ਸਾਹਿਬ ਨੇ ਉਹਨਾਂ ਤੇ ਪੂਰਾ ਭਰੋਸਾ ਹੈ, ਸਾਨੂੰ ਜਿਹੜੇ ਡੀ ਆਈ ਜੀ ਸੁਨੀਲ ਗੁਪਤਾ ਉਹਨਾਂ ਤੇ ਪੂਰਾ ਭਰੋਸਾ ਹੈ, ਐਸ ਐਸ ਪੀ ਹੈ ਜਿਹੜੇ ਉਹਨਾਂ ਤੇ ਪੂਰਾ ਭਰੋਸਾ ਹੈ, ਜਿਹੜੇ ਸਿੱਖ ਦੇ ਇੰਚਾਰਜ ਬਣਾਏ ਗਏ ਨੇ ਉਹਨਾਂ ਤੇ ਕਾਰਤਿਕ ਜੀ ਉਹਨਾਂ ਤੇ ਪੂਰਾ ਭਰੋਸਾ ਹੈ। ਤੇ ਫਿਰ ਕੌਣ ਮੰਗ ਕਰ ਰਿਹਾ ਹੈ ਸੀ ਬੀ ਆਈ ਵਾਸਤੇ? ਦ ਫੈਮਿਲੀ ਇਜ਼ ਨਾਟ ਆਸਕਿੰਗ ਫਾਰ ਸੀ ਬੀ ਆਈ, ਵਾਈ ਆਰ ਵੀ ਬੀਂਗ ਹੰਟਡ ਆਊਟ ਟੂ ਸੀ ਬੀ ਆਈ? ਇਟ ਇਜ਼ ਅ ਸੱਚ ਅ ਸਿੰਪਲ ਕੇਸ। ਉਸ ਲੜਕੇ ਨੇ ਪੂਰੀ ਵੀਡੀਓ ਬਣਾਈ ਹੈ, ਉਹ ਵੀਡੀਓ ਲਾਈਵ ਵੀਡੀਓ ਸਾਰੀ ਦੁਨੀਆ ਨੇ ਦੇਖੀ ਹੈ, ਐਂਡ ਦੈਟ ਲਾਈਵ ਵੀਡੀਓ ਇਟਸੈਲਫ ਇਜ਼ ਅ ਡਾਈਮ ਡੈਕਲਰੇਸ਼ਨ ਆਫ ਦੈਟ ਪਰਸਨ। ਔਰ ਜਿਹੜੇ ਲੋਕ ਪਰਦੇ ਦੇ ਪਿੱਛੇ ਨੇ ਉਹਨਾਂ ਦਾ ਨਾਮ ਵਕਤਾਂ ਦੇ ਉੱਤੇ ਜਿਸ ਤਰ੍ਹਾਂ ਆ ਰਿਹਾ, ਉਹ ਲੋਕ ਸਾਬਤ ਕੀਤੇ ਜਾਣਗੇ ਕਿ ਉਹ ਸਾਜਿਸ਼ ਚ ਸ਼ਾਮਿਲ ਸੀ। ਅੱਜ ਉਹਨਾਂ ਲੋਕਾਂ ਦੇ ਹਾਰਟ ਕੋਈ ਕਹਿ ਰਿਹਾ ਸੀ ਇਹਨਾਂ ਦੀ ਪਲਪੀਟੇਸ਼ਨ ਬੜੀ ਤੇਜ਼ ਹੋ ਰਹੀ ਹੈ, ਜਿਹਨਾਂ ਦਾ ਪੁੱਤਰ ਚਲਾ ਗਿਆ ਉਹਨਾਂ ਦੀ ਪਲਪੀਟੇਸ਼ਨ ਵੀ ਤੇਜ਼ ਹੋ ਰਹੀ, ਉਹਨਾਂ ਦੀ ਮੈਡੀਕਲ ਹਾਲਤ ਵੀ ਦੇਖੀ ਜਾ ਰਹੀ। ਕਤਲ ਕਰਦੇ ਆ ਤੁਹਾਨੂੰ, ਕਤਲ ਦੀ ਸਾਜਿਸ਼ ਕਰਦੇ ਆ ਤੁਹਾਨੂੰ, ਜ਼ਰਾ ਦਿਲ ਨਹੀਂ ਹਿਚਕਚਾਇਆ? ਅੱਜ ਤੁਹਾਡੀ ਅੱਜ ਕਤਲ ਹੋ ਗਿਆ ਔਰ ਤੁਸੀਂ ਆਪਣੀ ਜਾਨ ਬਚਾਉਣ ਵਾਸਤੇ ਤੁਸੀਂ ਅੱਜ ਸਾਰੇ ਸੀ ਬੀ ਆਈ ਦਾ ਇੱਕ ਰਸਤਾ ਢੂੰਡ ਰਹੇ ਹੋ। ਸੀ ਬੀ ਆਈ ਚ ਅਸੀਂ ਦੇਖਿਆ ਅਗਲੇ ਰੋਹਿਤ ਸ਼ਰਮਾ ਵਰਗੇ ਜਿਹੜੇ ਗਏ ਤਹਿਸੀਲਦਾਰ, ਤੇ ਉਹਨਾਂ ਦਾ ਅੱਧਾ ਅੱਧਾ ਕਿਲੋ ਸੋਨਾ ਇੱਕ ਉਹਦੇ ਲਾਕਰ ਚੋਂ ਮਿਲਿਆ, ਇੱਕ ਦੂਜੇ ਦੇ ਲਾਕਰ ਚੋਂ, ਉਹਦੀ ਵਾਈਫ ਦੇ ਲਾਕਰ ਚੋਂ ਮਿਲਿਆ, ਉਹ ਗਾਇਬ ਹੋ ਗਿਆ। ਇਸ ਕਰਕੇ ਵੀ ਆਰ ਨਾਟ ਆਸਕਿੰਗ ਫਾਰ ਸੀ ਬੀ ਆਈ, ਵੀ ਟਰਸਟ ਅਵਰ ਜੇ ਐਂਡ ਕੇ ਪੁਲਿਸ, ਔਰ ਸਾਡੀ ਪੁਲਿਸ ਦੀ ਜਿਹੜੀ ਇਸ ਲਈ ਸਿੱਟ ਬਣੀ ਹੋਈ ਹੈ ਔਨ ਦਾ ਡਾਇਰੈਕਸ਼ਨ ਆਫ ਐਸ ਜੀ ਮਹੋਦੇ, ਅਸੀਂ ਪੂਰੇ ਮੁਤਮਈਨ ਹਾਂ ਔਰ ਸੰਤੁਸ਼ਟ ਹਾਂ ਦ ਵੇ ਇਸ ਵਕਤ ਸਿੱਟ ਚੱਲ ਰਹੀ ਹੈ। ਜਿਹੜੇ ਵੀ ਕਤਲ ਹੈ ਨਾ ਜਾਂ ਉਸਦੀ ਸਾਜਿਸ਼ ਚ ਸ਼ਾਮਿਲ ਹੈ, ਮੈਂ ਫੇਰ ਇਹ ਗੱਲ ਕਰ ਰਿਹਾ,
ਕੁਛ ਲੋਕਾਂ ਨੇ ਡਾਇਰੈਕਟ ਕਤਲ ਕੀਤਾ, ਕੁਛ ਲੋਕਾਂ ਨੇ ਉਸ ਕਤਲ ਨੂੰ ਪਲੈਨ ਕੀਤਾ, ਸਾਜਿਸ਼ ਬਣਾਈ ਹੈ। ਉਹ ਸਾਰੇ ਲੋਕ ਜਿਹੜੇ ਨੇ ਉਹ ਬੇਪਰਦਾ ਹੋ ਗਏ ਨੇ ਔਰ ਜਾਨ ਬੇਪਰਦਾ ਹੋ ਕੇ ਅੱਗੇ ਜਾ ਰਹੇ ਨੇ। ਮੇਰੇ ਇਹਨਾਂ ਦਾ ਬੇਟਾ ਹੈ ਕਿਉਂਕਿ ਵੀਡੀਓ ਪਲੇ ਕਰਨਾ ਚਾਹੁੰਦਾ, ਕਿਉਂ ਸੰਜੀਵ ਵਰਮਾ ਦਾ ਨਾਂ ਆ ਰਿਹਾ? ਅਸੀਂ ਥੋੜੀ ਲਿਆ, ਸਾਡੇ ਸਾਹਮਣੇ ਸੰਜੀਵ ਵਰਮਾ ਦਾ ਨਾਂ ਲਿਆ ਗਿਆ ਆ ਕੇ, ਜਿਹਨਾਂ ਨੂੰ ਉਹਦੇ ਸਹੁਰੇ ਨੇ ਜ਼ਮੀਨ ਵੇਚੀ ਹੈ ਥਰੂ ਪਰਸ਼ੋਤਮ। ਪਰਸ਼ੋਤਮ ਜਿਹੜਾ ਉਹ ਹੈਂਚਮੈਨ ਹੈ, ਜਿਹਨੂੰ ਕਰਿੰਦਾ ਕਹਿੰਦੇ ਆ, ਉਹ ਕਰਿੰਦਾ ਹੈ ਸ਼ਰਦ ਪੁਰੀ ਦਾ, ਉਹ ਕਰਿੰਦਾ ਹੈ ਗੋਲੇ ਸ਼ਾਹ ਵਰਗਿਆਂ ਦਾ, ਉਹ ਕਰਿੰਦਾ ਆ ਕੇ ਹੀ ਇਜ਼ ਅ ਹੈਂਚਮੈਨ। ਉਹ ਉਹਨਾਂ ਦੇ ਕਾਰਨ ਉਹਨਾਂ ਦਾ ਅੱਗੇ ਕਰਤਾ ਦਰਤਾ ਉਹ ਬਣਿਆ ਦਾ, ਉਹ ਉਹਦੇ ਥਰੂ ਆਪਰੇਟ ਕਰ ਰਹੇ ਨੇ ਸਾਰੇ। ਔਰ ਦੇਖੋ ਤੁਸੀਂ ਇਹ ਕੀ ਕਹਿ ਰਹੀ ਹੈ ਵੀਡੀਓ, ਆਈ ਵਿਲ ਲਾਈਕ ਟੂ ਪਲੇ, ਇਹਨਾਂ ਨੇ ਪਲੇ ਕਰਨਾ ਚਾਹੁੰਦੇ ਨੇ, ਤੁਸੀਂ ਮਾਈਕ ਤੇ ਸੁਣੋ। ਕਿਸ ਤਰ੍ਹਾਂ ਅਸੀਂ ਉਸਦਾ ਨਾਂ ਨਾ ਲਈਏ? ਕਿਉਂਕਿ ਇਹ ਵਾਲਾ ਜਿਹੜਾ ਪਲਾਟ ਹੈ, ਇਹ ਪਲਾਟ ਜ਼ਿਆਦਾ ਜਗ੍ਹਾ ਦਾ, ਲੇਕਿਨ ਉਹਨਾਂ ਨੇ ਢਾਈ ਢਾਈ ਮਰਲੇ ਦੀਆਂ, ਤਿੰਨ ਤਿੰਨ ਮਰਲੇ ਦੀਆਂ, ਹੋਰ ਜਿਹੜੀਆਂ ਅੱਗੇ ਪਿੱਛੇ ਦੀਆਂ ਫਰਾਡੂਲੈਂਟ ਰਜਿਸਟਰੀਆਂ ਸੀ ਭੋਲਾ ਸ਼ਾਹ ਦੇ ਥਰੂ ਕੀਤੀਆਂ ਹੋਈਆਂ ਨਾਲ ਸ਼ਰਦ ਪੁਰੀ ਔਰ ਸਾਰੇ ਲੋਕਾਂ ਨੇ, ਇਹ ਕਿਉਂ ਇਸਲੇ ਵਿੱਚ ਅਸੀਂ ਕਹਿ ਰਹੇ ਹਾਂ? ਕਦੇ ਭੋਲੇ ਸ਼ਾਹ ਦੇ PSA ਲਗਾ ਦਿੰਦੇ ਨੇ, ਉਹ ਸੰਜੀਵ ਵਰਮਾ ਉਹਦੇ ਪਿੱਛੇ ਆਉਂਦਾ, ਉਹ PSA ਲਗਵਾਉਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਉਹਨੂੰ PSA ਲਗਵਾ ਕੇ ਥੋੜੇ ਦਿਨਾਂ ਬਾਅਦ, 7-8 ਮਹੀਨੇ ਬਾਅਦ PSA ਤੋੜ ਜਾਂਦੇ, ਕੇਸ ਠੰਡਾ ਹੋ ਜਾਏਗਾ। ਬਟ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ, ਇਹ ਕੇਸ ਠੰਡਾ ਨਹੀਂ ਹੋਏਗਾ ਜਦ ਤੱਕ ਇਹ ਭਾਵੇਂ ਤਕਮੀਲ ਤੱਕ ਨਹੀਂ ਪਹੁੰਚਾਗਾ, ਇਹ ਠੰਡਾ ਨਹੀਂ ਹੋਏਗਾ, ਨਾ ਹੀ ਹੁੰਦਿਆਂਗੇ। ਇਹ ਪਰਿਵਾਰ ਦਾ ਬੱਚਾ ਨਹੀਂ ਹੈ, ਇਹ ਸੰਗਲ ਪਰਿਵਾਰ ਦਾ, ਇਹ ਪੂਰੇ ਜੰਮੂ ਦੇ ਬੱਚਾ ਹੈ। ਇਹ ਹਰ ਉਸ ਜਿਹੜੇ ਉੱਥੇ, ਜਿੱਥੇ ਅੱਜ ਦੇ ਪਤਾ ਇਹ ਚੱਲ ਰਿਹਾ, ਜਿੱਥੇ ਭੋਲੇ ਸ਼ਾਹ ਜੀ ਨੇ ਕੋਠੀ ਬਣਾਈ ਦੀ ਹੈ,
ਜਨਾਬ ਉਹ ਜ਼ਮੀਨ ਜਿਹੜੀ ਹੈ ਇਹ ਮੰਦਰ ਦੀ ਜ਼ਮੀਨ ਹੈ, ਇਹ ਕਿਸੇ ਦੇ ਸੱਕੇ ਨਹੀਂ ਜੇ ਹੈ, ਇਹ ਕਿਸੇ ਦੇ ਸੱਕੇ ਨਹੀਂ ਹੈ, ਇਹ ਕੋਈ ਇਹ ਲੋਕ ਕਿਸੇ ਜਾਤ ਔਰ ਮਜ਼ਹਬ ਨਾਲ ਬਿਲਾਵੀ ਨਹੀਂ ਕਰਦੇ, ਇਹ ਰਾਕਸ਼ਸ ਲੋਕ ਨੇ, ਇਹਨਾਂ ਦੀ ਇਨਸਾਨੀਅਤ ਦੀ ਪਰਵਰਤੀ ਨਹੀਂ ਹੈ, ਕੋਈ ਇਹਨਾਂ ਨੂੰ ਕੋਈ ਮਤ ਸਮਝੇ, ਕੋਈ ਕਿਸੇ ਪਰਟੀਕੁਲਰ ਫਿਰਕੇ ਦੇਣਾ ਤਬਕੇ ਦੇਣਾ, ਇਹ ਫਲਾਣੇ ਨੇ ਧਮਕਾਣੇ ਨੇ, ਇਹ ਰਾਕਸ਼ਸ ਨੇ ਜਨਾਬ, ਇਹਨਾਂ ਨੂੰ ਖੂਨ ਪੀਤਿਆਂ ਬਗੈਰ ਜਿਗਰਾ ਨਹੀਂ ਹੁੰਦਾ, ਇਹਨਾਂ ਦਾ ਆਦਤ ਬਣ ਚੁੱਕੀ ਹੈ, ਇਹ ਇੱਕ ਇੱਕ ਪਲਾਟ ਦੀਆਂ ਛੇ ਛੇ ਚਾਰ ਚਾਰ ਪੰਜ ਪੰਜ ਸੱਤ ਸੱਤ ਦਸ ਦਸ ਰਜਿਸਟਰੀਆਂ ਹੋ ਜਾਣ, ਔਰ ਲੋਕ ਖੱਜਲ ਹੋ ਰਹੇ ਨੇ, ਸਾਡੀਆਂ ਜ਼ਮੀਨਾਂ ਦਾ ਪਤਾ ਦੇ ਦਿਓ, ਪੈਸੇ ਲੈ ਲਏ ਹੋਏ ਨੇ। ਐਂਡ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਸਾਨੂੰ ਵੀ ਫੈਮਿਲੀ ਫਾਦਰ ਦੀ ਤਰਫੋਂ ਤੁਹਾਨੂੰ CBI ਚਾਹੀਦੀ ਹੈ ਜੀ? ਬਿਲਕੁਲ CBI ਨਹੀਂ ਚਾਹੀਦੀ ਸਾਨੂੰ, ਤੁਹਾਨੂੰ ਚਾਹੀਦੀ ਹੈ ਜੀ? ਅਰਦਾਸ ਜੀ ਸਾਨੂੰ ਕਿਸੇ ਵੀ ਪਰਿਵਾਰ ਨੂੰ ਚਾਹੀਦੀ CBI? ਸਾਨੂੰ CBI ਚਾਹੀਦੀ ਨਹੀਂ ਹੈ, ਸਾਨੂੰ ਕਿਉਂ ਭੇਜਿਆ ਜਾ ਰਿਹਾ CBI? ਕਿਉਂਕਿ ਸੰਦੀਪ ਵਰਮਾ ਪੂਰੀ ਐਡਮਿਨਿਸਟ੍ਰੇਸ਼ਨ ਨੂੰ ਮਿਸਗਾਈਡ ਕਰ ਰਿਹਾ ਹੈ। ਔਰ ਸੰਦੀਪ ਵਰਮਾ ਜੀ ਤੁਹਾਡਾ ਜਿਹੜਾ ਚਿੱਠਾ ਉਹ ਕਿਸੇ ਵੱਖਰੀ ਪ੍ਰੈਸ ਕਾਨਫਰੰਸ ਖੋਲਾਂਗੇ, ਔਰ ਉਹ ਤੁਹਾਨੂੰ ਉਹ ਚੀਜ਼ ਜਿਹੜੀ ਹੈ ਉਹ ਭੇਜਾਂਗੇ CBI ਚ, ਜਿਹੜੀ ਤੁਹਾਡੇ ਵਾਲੀ ਜਾਂਚ ਹੈ ਉਹ CBI ਚ ਭੇਜਾਂਗੇ ਕਿ ਇਹਦਾ ਉੱਥੇ ਇਨਵੈਸਟੀਗੇਸ਼ਨ ਕਰੋ। ਸਾਨੂੰ ਇਸ ਕਤਲ ਦੇ ਰਿਲੇਟਡ ਕੋਈ CBI ਨਹੀਂ ਚਾਹੀਦੀ, ਕਿਉਂਕਿ ਇਹ ਐਸਕੇਪ ਰੂਟ ਹੋਏਗਾ, ਬੜੀ ਸਾਰੀ ਵੱਡੀਆਂ ਮਛਲੀਆਂ ਦਾ ਬਚਣ ਦਾ ਰਸਤਾ ਹੋਏਗਾ। ਅਸੀਂ ਬੜਾ ਟਰਸਟ ਕਰਦੇ ਹਾਂ ਆਪਣੀ ਜੰਮੂ ਕਸ਼ਮੀਰ ਦੀ ਪੁਲਿਸ, ਔਰ ਅਸੀਂ LG ਸਾਹਿਬ ਤੇ ਬਹੁਤ ਭਰੋਸਾ ਕਰਦੇ ਹਾਂ। LG ਸਾਹਿਬ ਨੇ ਸਾਡੇ ਜਿਹਨਾਂ ਦੇ ਬੇਟੇ ਦਾ ਨੁਕਸਾਨ ਹੋਇਆ, ਬਲਵੀਰ ਹੋਰਾਂ ਨੂੰ ਗਲੇ ਲਾ ਕੇ ਗੱਲ ਕਹੀ ਸੀ ਕਿ ਅਸੀਂ ਤੇਰਾ ਦੁੱਖ ਚ ਪੂਰੇ ਸ਼ਾਮਲ ਹਾਂ, ਔਰ ਜਿਤਨਾ ਵੀ ਕੋਈ ਵੱਡਾ ਔਰ ਪਾਵਰਫੁਲ ਹੋਏਗਾ ਉਸਨੂੰ ਸਜ਼ਾ ਮਿਲੇਗੀ, ਉਹ ਬਚ ਨਹੀਂ ਪਾਏਗਾ। ਸਾਨੂੰ ਪੂਰਾ ਭਰੋਸਾ ਹੈ LG ਸਾਹਿਬ ਤੇ, ਸਾਨੂੰ ਪੂਰਾ ਭਰੋਸਾ ਆਪਣੇ DG ਸਾਹਿਬ ਆਰ ਸਵੈਨ ਸਾਹਿਬ ਤੇ, ਸਾਨੂੰ ਪੂਰਾ ਭਰੋਸਾ ਹੈ ਜੈਨ ਸਾਹਿਬ ਤੇ, ਸੁਨੀਲ ਗੁਪਤਾ ਤੇ, ਵਿਨੋਦ ਜੀ ਦੇ, ਔਰ ਜਿਹੜੇ ਕਾਰਤਿਕ ਜੀ ਲੱਗੇ ਦੇ ਨੇ ਸੀਟ ਬਣਾਈ ਹੈ ਉਹਦੇ ਉੱਤੇ, ਔਰ ਜਿਹੜੀ ਹਾਈ ਪਾਵਰ ਸੀਟ ਬਣੀ ਹੈ ਸਾਨੂੰ ਉਹਦੇ ਉੱਤੇ ਵੀ ਭਰੋਸਾ ਹੈ। ਮੈਨੂੰ ਪਤਾ ਸੁਣਨੇ ਚ ਆ ਰਿਹਾ ਹੈ ਕਿ ਇੱਕ ਹਾਈ ਪਾਵਰ ਸੀਟ ਬਣੀ ਹੈ ਜਿਹੜੀ DIG ਸਾਹਿਬ ਕੋਈ ਹੈਡ ਕਰ ਰਹੇ ਨੇ ਕਰਨਗੇ, ਔਰ ਸਾਨੂੰ ਪੂਰਾ ਭਰੋਸਾ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਸ ਸੀਟ ਦੇ ਦੁਆਰਾ ਹੋ ਜਾਏਗਾ। ਸੋ ਪਰਿਵਾਰ ਦੀ ਤਰਫੋਂ, ਕਿਉਂਕਿ ਮੈਨੂੰ ਇਹ ਹੁਕਮ ਹੋਇਆ, ਪਰਿਵਾਰ ਦੀ ਤਰਫੋਂ LG ਮਹਾਦੇਵ ਸਾਹਿਬ, ਹੋਮ ਕਮਿਸ਼ਨਰ ਸਾਹਿਬ ਇੱਕ ਹੱਕ, ਔਰ ਚੀਫ ਸੈਕਟਰੀ ਡੁੱਲੂ ਸਾਹਿਬ, DGP ਆਰ ਸਵੈਨ ਸਾਹਿਬ, ਵੀ ਕੈਟਾਗਰੀਕਲੀ ਸਟੇਟ ਵੀ ਡੂ ਨਾਟ ਵਾਂਟ CBI, ਇਟ ਵਿਲ ਬੀ ਐਨ ਐਸਕੇਪ ਰੂਟ ਫਾਰ ਬਿਗ ਫਿਸ਼ਿਸ, ਬਿਗ ਸ਼ਾਰਕਸ ਆਫ ਦਿਸ ਲੈਂਡ ਮਾਫੀਆ ਲਾਈਕ ਸੰਜੀਵ ਵਰਮਾ, ਜਿਹਦੀ ਚੇਅਰ ਤੇ ਬਹਿ ਕੇ ਸਾਰਾ ਕੰਮ ਹੋਇਆ ਥਾ, ਕਿਉਂਕਿ ਇਹਨਾਂ ਨੂੰ 2004 ਦੀ ਜ਼ਮੀਨ ਇਹਨਾਂ ਦੇ ਨਾਂ ਚੜੀ ਦੀ ਹੈ, ਉਹ 2018 ਚ ਖਰੀਦ ਰਹੇ ਨੇ ਜਿਸਲੇ ਉਹ ਡੀਪਾ ਬਣਦੇ ਨੇ, ਔਰ ਉਹ ਜਿਹੜੀ ਇਹ ਸਟੇਟਮੈਂਟ ਦਾ ਜਿਹੜਾ ਵੀਡੀਓ ਹੈ ਇਹ ਸਾਬਤ ਕਰ ਰਿਹਾ ਹੈ ਇਸ ਪਿੱਛੇ ਕੌਣ ਸੀ ਔਰ ਪੈਸੇ ਕਿਸਨੇ ਲਏ। ਉਹਨੇ ਕਿਹਾ ਤੁਹਾਡੇ ਸਾਹਮਣੇ ਇਹ ਜਿਹੜੀ ਵੀਡੀਓ ਹੈ ਇਹ ਵੀ ਉਹ ਅਵਤਾਰ ਸਿੰਘ ਨੇ ਬਣਾਈ ਦੀ ਹੈ, ਉਸਨੇ ਬਣਾਈ ਹੈ, ਇਹ ਗੱਲ ਕਰ ਰਿਹਾ ਨਾਲ, ਔਰ ਉਸਲੇ ਕੈਟਾਗਰੀ ਕੇ ਵੀ ਪੁੱਛਿਆ ਗਿਆ, ਉਹਨੇ ਕਿਹਾ ਬੜਾ ਸਪੈਸੀਫਿਕਲੀ ਕਰਕੇ ਕਿਹਾ ਕਿ ਜਿਹੜੇ ਇਸਲੇ ਕਮਿਸ਼ਨਰ ਸੈਕਟਰੀ ਨੇ ਸੰਜੀਵ ਵਰਮਾ ਜੀ, ਅਸੀਂ ਉਹਨਾਂ ਨੂੰ ਪੈਸੇ ਦਿੱਤੇ ਥਰੂ ਸ਼ਰਦਪੁਰੀ, ਉਹ ਜਿਹੜਾ ਉਹਨਾਂ ਦਾ ਫਾਦਰ ਇਨ ਲਾ ਆਇਆ ਉਸਨੂੰ, ਤੇ ਲਿਹਾਜ਼ਾ ਇਹ ਸ਼ਰਦਪੁਰੀ ਇਹ ਜਿਹੜੇ ਬਾਕੀ ਲੋਕ ਜਿਤਨੇ ਹੈ ਨਾ ਇਹ ਸਾਜਿਸ਼ ਚ ਸ਼ਾਮਿਲ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਵੇਲੇ ਆਸਤਾ ਆਸਤਾ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਅਸੀਂ ਕੋਈ ਕਾਹਲੀ ਨਹੀਂ ਕਰਨਾ ਚਾਹੁੰਦੇ, ਕੋਈ ਕੁਛ ਨਹੀਂ ਕਰਨਾ ਚਾਹੁੰਦੇ, ਲੇਕਿਨ LG ਸਾਹਿਬ, DG ਸਾਹਿਬ ਔਰ ਚੀਫ ਸੈਕਟਰੀ ਸਾਹਿਬ ਔਰ ਹੋਮ ਕਮਿਸ਼ਨਰ ਸਾਹਿਬ, ਅਸੀਂ ਫਿਰ ਇੱਕ ਵਾਰ ਹੱਥ ਬੰਨ ਕੇ ਬੇਨਤੀ ਕਰ ਰਹੇ ਹਾਂ ਪਰਿਵਾਰ ਦੀ ਤਰਫੋਂ ਕਿ ਵੀ ਆਰ ਟਰਸਟਿੰਗ ਯੋਰ ਇਨਵੈਸਟੀਗੇਸ਼ਨ ਟੀਮ ਦੈਟ ਇਜ਼ ਸੈਟ ਹੈਡਡ ਬਾਈ ਕਾਰਤਿਕ ਐਂਡ ਸੁਪਰਵਾਈਜ਼ਡ ਬਾਈ
ਵਿਨੋਦ ਸ਼ਰਮਾ ਸੋਰੀ ਵਿਨੋਦ ਕੁਮਾਰ, ਸੁਨੀਲ ਗੁਪਤਾ ਐਂਡ ADGP ਜੈਨ ਸਾਹਿਬ ਔਰ ਓਵਰਆਲ ਸੁਪਰਵਿਜ਼ਨ ਆਫ ਦਾ DGP ਆਰ ਸਵੈਮ ਵਿਚ ਹੂ ਇਜ਼ ਦਾ ਮੋਸਟ ਪਾਵਰਸਟ ਆਫੀਸਰ ਆਫ ਦਾ ਪੁਲਿਸ ਐਡਮਿਨਿਸਟ੍ਰੇਸ਼ਨ ਔਰ ਪੂਰੇ ਜੰਮੂ ਕਸ਼ਮੀਰ ਮੇ ਔਰ ਬਾਹਰ ਵੀ ਦੁਨੀਆ ਮੇ ਡੰਕਾ ਵਜਤਾ ਉਨਕੀ ਆਨੈਸਟੀ ਕਾ ਹਮੇ ਪੂਰਾ ਭਰੋਸਾ ਹੈ ਉਨਪੇ ਔਰ ਇਸਕੇ ਉਪਰ ਸਬਸੇ ਜ਼ਿਆਦਾ ਭਰੋਸਾ ਹਮਾਰਾ ਐਸਟੀਕੇ ਉਪਰ ਹੈ ਕਿਉਂਕਿ ਉਨ੍ਹਾਂ ਨੇ ਹਮੇ ਕਿਹਾ ਕਿ ਆਪ ਆਸ਼ਵਸਤ ਰਹੇ ਜੋ ਵੀ ਲੋਕ ਗਏ ਥੇ ਮਿਲਣੇ ਕੇ ਲਿਏ ਉਨ੍ਹਾਂ ਨੇ ਪੂਰਾ ਹਮੇ ਯਕੀਨ ਦਿਲਾਇਆ ਆਜ 9 ਤਰੀਕ ਕੋ ਉਨ੍ਹਾਂ ਨੇ ਹਮਾਰੇ ਘਰ ਵੀ ਅਫਸੋਸ ਕੇ ਲਿਏ ਵੀ ਆਉਣਾ ਹੈ ਔਰ ਉਨ੍ਹਾਂ ਨੇ ਯੇ ਦੇਰ ਦੇ ਰੱਖੀ ਹੈ ਔਰ ਹਮ ਉਨ੍ਹਾਂ ਹਰ ਭਾਵਨਾ ਕੀ ਕਦਰ ਕਰਦੇ ਹੋਏ ਸਿਰਫ ਕਿਉਂਕਿ ਯੇ ਬਤਾਨਾ ਬੜਾ ਜ਼ਰੂਰੀ ਥਾ ਯਹਾਂ ਪਰ ਆਕਰ ਕਿਉਂਕਿ ਹਮਾਰੇ ਸਾਥ ਧੋਖਾ ਨਾ ਹੋ ਜਾਏ ਹਮ ਯਹਾਂ ਥਾਨੋ ਮੇ ਘੁੰਮਤੇ ਰਹਿ ਰਹੇ ਔਰ ਕੇਸ CBI ਮੇ ਟ੍ਰਾਂਸਫਰ ਹੋ ਜਾਏ 2-4 ਸਾਲ ਤੱਕ ਹਮੇ ਪਤਾ ਹੀ ਨਾ ਚੱਲੇ ਫਿਰ ਔਰ ਯੇ ਲੋਕ ਆਪਣੇ ਆਪਣੇ ਅਗਲੀ ਮੁਕਾਮ ਤੱਕ ਪਹੁੰਚ ਚੁੱਕੇ ਹੋਗੇ ਕਿਉਂਕਿ ਹਮਾਰਾ ਪੂਰਾ ਭਰੋਸਾ ਇਸ ਵਕਤ ਸਿੱਟ ਕਾ ਕੇ ਉੱਪਰ ਬਣਾ ਹੋਇਆ ਕਾਰਤਿਕ ਇਜ਼ ਅ ਵੈਰੀ ਆਨੈਸਟ ਡੈਡੀਕੇਟਿਡ ਬੋਏ ਤੋ ਬੀਂਗ ਕਲੋਜ਼ਲੀ ਮਾਈਕਰੋਸਕੋਪਿਕਲੀ ਬੀਂਗ ਮਾਨਿਟਰਡ ਬਾਈ SSP ਜੰਮੂ ਵਿਨੋਦ ਕੁਮਾਰ DIG ਸਾਹਿਬ ADG ਜੈਨ ਸਾਹਿਬ ਔਰ ਓਵਰਆਲ ਸੁਪਰਵਿਜ਼ਨ ਆਫ ਜੋ ਹੈ ਹਾਂ ਜੋ ਲੋਕ ਇਸਮੇ ਮੁਲਵਿਸ ਹੈ ਪੁਲਿਸ ਤੋਂ ਗਲਤ ਹੈ ਉਹ ਹਮਨੇ ਕਿਹਾ ਕਿ ਚੌਕੀ ਅਫਸਰ ਔਰ SHO ਨੇ ਮਿਲ ਕੇ ਸਾਲ ਕੇ ਕਤਲ ਕਰਵਾਇਆ ਉਹ ਸਾਜਿਸ਼ ਮੇ ਔਰ ਐਸੇ ਚੌਕੀ ਅਫਸਰ ਨੇ ਤਾਂ ਪਾਸ ਖੜੇ ਹੋ ਕੇ ਕਰਵਾਇਆ ਉਸਨੇ ਬਜਾਏ ਇੰਜਰਡ ਕੋ ਹਸਪਿਟਲ ਲੈ ਕੇ ਜਾਣੇ ਕੇ ਉਹ ਪੁਰਸ਼ੋਤਮ ਕੋ ਲੈ ਕੇ ਗਾਂਧੀ ਨਗਰ ਹਸਪਿਟਲ ਕੀ ਤਰਫ ਜਾਤੇ ਉਨਕਾ MLC ਕਰਵਾ ਰਹੇ ਹੈ ਔਰ ਜੋ ਇੰਜਰਡ ਹੈ ਉਸਕੋ ਗਾੜੀ ਮੇ ਨਹੀਂ ਡਾਲਾ ਜੋ ਗਲਤ ਹੈ ਉਨਕਾ ਵੀ ਨਿਸ਼ਾਨਦੇਹੀ ਕੀ ਹੈ ਹਮਨੇ ਔਰ ਦੇਖੇ ਸਬਸੇ ਬੜੀ ਬਾਤ ਗੇਟ ਕੇ ਉਪਰ ਲਿਖ ਕੇ ਲਗਾ ਦਿਆ ਗਿਆ ਥਾ ਥੋੜੇ ਦਿਨ ਪਹਿਲੇ ਜਿਸਕੀ ਕੰਪਲੇਂਟ ਕਰੀ ਹੈ ਪੁਲਿਸ ਕੋ ਫੋਟੋ ਖਿੱਚ ਕੇ ਸਰਦਾਰਾ ਤੇਰੀ ਮੌਤ ਆਈ ਦੀ ਹੈ ਇਹੀ ਲਿਖਾ ਆਏ ਕਰਦੀ ਹੈ ਤੇਰੀ ਆਏ ਕਰਦੀ ਹੈ ਸਰਦਾਰਾ ਤੇਰੀ ਮੌਤ ਆਏ ਕਰਦੀ ਹੈ ਤੋ ਯੇ ਉਸਕੇ ਗੇਟ ਕੇ ਉਪਰ ਪੇਂਟ ਕਰਕੇ ਲਿਖਾ ਥੋੜੇ ਦਿਨ ਪਹਿਲੇ SHO ਕੋ ਦਿਖਾਇਆ ਚੌਕੀ ਅਫਸਰ ਕੋ ਦਿਖਾਇਆ ਲੇਕਿਨ ਉਹ ਮਿਲ ਚੁੱਕੇ ਥੇ ਉਨਕੀ ਕਨਸਪਰੇਸੀ ਇਕੱਠੇ ਹੋਈ ਥੀ ਸਾਰੋ ਕੀ ਤੋ ਇਸ ਲਈ ਜੋ ਲੋਕ ਬੜੇ ਲੋਕ ਹੈ ਉਹਨਾਂ ਨੇ ਕਨਸਪਾਇਰ ਕੀਆ ਹੈ ਜੋ ਛੋਟੇ ਲੋਕ ਹੈ ਉਸਕੇ ਹੈਂਚਮੈਨ ਉਨਕੇ ਥਰੂ ਉਹਨਾਂ ਨੇ ਕਤਲ ਕਰਵਾਇਆ ਹੈ ਯੇ ਹੈ ਔਰ ਯੇ ਚੀਜ਼ ਸਾਫ ਹੋ ਚੁੱਕੀ ਹੈ ਸਿੱਟ ਕੇ ਸਾਹਮਣੇ ਔਰ ਜਲਦੀ ਜਿਸਕਾ ਜੈਸਾ ਜੈਸਾ ਰੋਲ ਹੈ ਵੈਸਾ ਵੈਸਾ ਜੋ ਲੋਕ ਸਾਜਿਸ਼ ਮੇ ਸ਼ਾਮਲ ਹੈ ਉਹ 120B ਕੇ ਤਹਿਤ ਅੰਦਰ ਜਾਏਗੇ ਔਰ ਜਿਨ੍ਹਾਂ ਨੇ ਕਤਲ ਕੀਆ ਹੈ ਉਹ 302 ਕੇ ਤਹਿਤ ਜੋ ਹੈ ਅੰਦਰ ਜਾਏਗੇ ਔਰ ਦੂਸਰਾ ਜੋ ਹਮਾਰੇ ਹਮੇ ਆਪਣੇ ਸੰਵਿਧਾਨ ਤੇ ਪੂਰਾ ਭਰੋਸਾ ਹੈ ਹਮੇ ਫਿਰ ਇੱਕ ਵਾਰ ਹਮ ਯਹੀ ਅਪੀਲ ਕਰਦੇ ਹਾਂ ਹਮੇ ਜ਼ਿਆਦਾ ਕੁਛ ਨਹੀਂ ਕਹਿਣਾ ਅੱਜ ਕੇ ਦਿਨ ਪਰਿਵਾਰ ਬਹੁਤ ਦੁਖੀ ਹੈ ਕਿ ਜੋ ਵੀ ਲੋਕ ਬਾਕੀ ਵੀਡੀਓ ਮੇ ਸਾਰਾ ਕੁਛ ਆਇਆ ਹੈ ਕਿਸ ਨੇ ਕਿਆ ਕੀਆ ਹੈ ਉਹ ਆਸਤਾ ਆਸਤਾ ਸਿੱਟ ਇਨਵੈਸਟੀਗੇਟ ਕਰ ਲਿਆ ਹਮ ਉਸ ਪੇ ਪ੍ਰੈਸ਼ਰ ਕੋਈ ਨਹੀਂ ਡਾਲ ਰਹੇ ਕਿਉਂਕਿ ਹਮਾਰਾ ਇਹ ਹੈ ਕਿ ਇਨਸਾਫ ਹੋਣਾ ਚਾਹੀਏ ਹਮ ਇਸ ਸੇ ਜ਼ਿਆਦਾ ਕੁਛ ਨਹੀਂ ਕਹਿਣਾ ਚਾਹਤੇ